ਐਡਾ ਭੌਂਕਾ ਨਾ ਇਹ ਗੁਰੂਆ, ਐਡਾ ਜ਼ਿਆਦਾ ਭੌਂਕਾ। ਅੱਜ ਦੀ ਭਕਾਈ ਸੁਣਨੀ ਆਪਾਂ। ਅੱਜ ਦਾ ਵਲੌਗ ਹੋਊਗਾ ਗੱਪਾਂ ਦੇ। ਨੇ ਕਿਰ ਹੜ ਜੇ ਨਹੀਂ ਸੀ ਆਏ, ਸਮੁੰਦਰ ਤੇ ਗਿਆ ਸੀ ਨਹਾਉਣਾ। ਕੀ ਬਣਦਾ ਤੇਰਾ? ਪਰੌਂਠੇ ਬਣਾਏ ਸੀ, ਆਹ ਕੁਛ ਵੀ ਨੀ। ਅੱਜ ਦਾ ਵਲੌਗ ਹੋਊਗਾ ਝੂਠਾਂ ਦਾ ਕੰਪੀਟੀਸ਼ਨ, ਸ਼ੇਰੇ ਦਾ ਜੱਟ ਦਾ। ਸ਼ੇਰਾ ਤਿਆਰ ਹੋਣ ਡਿਆ ਵਾ, ਰੋਟੀ ਪਾਣੀ ਲੇਹ ਲਿਆ ਇਹਨੇ, ਤੇ ਹੁਣ ਇਹ ਸੋਚਣ ਡਿਆ ਕਿ ਮੈਂ ਗੱਪ ਕਿਹੜੀ ਕਿਹੜੀ ਮਾਰਨੀ ਆ। ਮੇਰੇ ਵੀ ਤੀਰ ਕਮਾਨ ਤੇ ਸਿੰਨੇ ਪਿਆ ਏ, ਉਹ ਤੇ ਮੌਕੇ ਤੇ ਪਤਾ ਲੱਗੂਗਾ ਨਾ। ਹੁਣ ਮੇਰੀ ਗੱਲ ਦਾ ਰਾਮ ਉਹ ਲਾਉਂਦਾ ਅੱਜ ਚੋਟੀ ਦਾ ਮੁਕਾਬਲਾ ਹੋਣਾ, ਚੋਟੀ ਦਾ ਹੈ ਚੋਟੀ ਦਾ ਮੁਕਾਬਲਾ ਹੋਣਾ। ਰਾਮ ਦੇ ਲਸਮਣਾ ਲਈ ਨਹੀਂ, ਉਹ ਜੁੱਧ ਚ ਆਏ ਤੀਰ ਵੱਜ ਕੇ ਭਸਮ ਹੋ ਜਾਂਦੇ ਆ, ਆਏ ਗੱਪ ਚ ਗੱਪ ਮਾਰ ਕੇ ਭਸਮ ਕਰਨਾ ਅੱਜ। ਬੰਦੇ ਜਿਹੜੇ ਜਿਨ੍ਹਾਂ ਨੇ ਗੱਪਾਂ ਦਾ ਕੰਪੀਟੀਸ਼ਨ ਵੇਖਣਾ, ਵੀ ਰੋਟੀਆਂ ਲੇਡਣ ਦੇ ਆ ਇਹਨਾਂ ਵਿੱਚ। ਅਸੀਂ ਆਡੀਅੰਸ, ਇਹਨਾਂ ਦੀ ਇਹ ਵੀ ਆਡੀਅੰਸ, ਉਹ ਵੀ ਆਡੀਅੰਸ, ਤੇ ਇਹਨੂੰ ਰੋਟੀਆਂ ਲੜਾਉਣ ਡੇ ਆ ਕਿ ਖਾਲਾ ਗੱਪ ਟੁੱਟਣੀ ਨਹੀਂ ਚਾਹੀਦੀ, ਗੱਪ ਟੁੱਟਣੀ ਨਹੀਂ ਚਾਹੀਦੀ। ਹੱਥ ਨੂੰ ਖਰਚਾ ਪਤਾ ਕਿੰਨਾ ਇਹਦਾ? ਕਿਹਦਾ? ਪਰੌਂਠਾ ਲਾਇਆ ਬੰਦੇ ਨੇ, ਹਿਸਾਬ ਲਾ ਲਾ ਵੀ 80 ਬੰਦਿਆਂ ਨੇ ਖਾਧਾ ਹੋਇਆ ਇੱਕ ਪਰੌਂਠੇ। ਹਾਂ ਸ਼ੇਰੇ, ਅਗਲੀ ਤੇਰੀ ਹੁਣ। ਲੂਣ ਬਾਲਟੀਆਂ ਨਾ ਪਾਇਆ, ਜਹਾਜ਼ ਮੰਗਾਈ ਰੋਡ ਤੇ ਖਲੋਤਾ ਲੜਾਕੂ ਜਹਾਜ਼ ਚਿਤਰਾ ਵਜਾ ਆ ਗਏ। ਇਹਨੂੰ ਇਹ ਨੀ ਪਤਾ ਲੜਾਕੂ ਹੀ ਜਹਾਜ਼। ਮੇਰੀ ਗੱਲ ਤਾਂ ਸੁਣ ਲਾ, ਆ ਜਾ ਫਿਰ ਥੋੜਾ ਸਾਈਡ ਤੇ ਹੋ, ਆ ਦੇਖ ਲਓ ਜੀ ਕੋ ਕੱਢਦਾ ਫਿਰਦਾ। ਆ ਜਾ ਫਿਰ ਇੱਧਰ ਆ ਜਾ, ਆ ਜਾ ਫਿਰ। ਸ਼ੇਰਾ ਪਹਿਲਾਂ ਨੇ ਸ਼ੇਰਾ ਪਹਿਲਾਂ ਤੈਨੂੰ ਪਤਾ ਫੌਜੀ ਸੀ, ਇਹਦੇ ਗੋਲੀ ਵੱਜੀ ਸੀ, ਨਿਸ਼ਾਨ ਦੇਖ ਲਓ ਪਿੱਛੇ ਹਜੇ ਵੀ ਗਲੀ ਆ। ਕਿੱਥੇ? ਪਤਾ ਨਹੀਂ ਬਿੱਲਾ ਬਾਲ ਗੁਲਾਬ ਦਾ ਫੁੱਲ ਹੋਵੇ, ਕਹਿੰਦਾ ਐਸਾ ਆਪਣਾ ਹੋਵੇ ਵੀ ਜਦੋਂ ਮੈਂ ਕਹਿੰਦਾ ਬੈਠਿਆ ਕਰਾਂ, ਕਹਿੰਦਾ ਫਿੜਿਆ ਕਰੇ। ਤਵਾ ਬਹੁਤ ਤਗੜਾ ਲੱਗਦਾ ਇਹਨੇ ਤੇ, ਗੁਲਾਬ ਦਾ ਫੁੱਲ ਹੀ ਬਣਾਤਾ। ਗੱਪ ਵੀ ਚੱਲਣਗੇ, ਤਵਾ ਵੀ ਚੱਲੂਗਾ। ਆਪਾਂ ਆਡੀਅੰਸ ਆ, ਕਮੈਂਟ ਚ ਦੱਸਣਗੇ ਨਾ ਕਿਹੜਾ ਕਿਹੜਾ। ਆਪਾਂ ਕੁਛ ਨੀ ਦੱਸ ਸਕਦੇ, ਆਪਾਂ ਫੈਸਲਾ ਕਰਨਾ ਆਡੀਅੰਸ ਨੇ, ਅਸੀਂ ਕੁਛ ਨੀ ਕਹਿਣਾ। ਇਹਨਾਂ ਨੂੰ ਰਾਜਮਾ ਚੌਲ ਪਰੌਂਠੇ ਪਰਾਂਠੇ ਸਾਰਾ ਕੁਛ ਖਵਾ ਕੇ ਲੜਾ ਤੇ ਲੱਗਾ ਵਾ। ਓਕੇ ਨਾ ਓਏ, ਕਮੈਂਟ ਕਿੰਨੇ ਪੈਣੇ? ਸਾਰੇ ਪੜ੍ਹਨੇ ਪੈਣੇ ਕਮੈਂਟ ਆਪਾਂ ਨੂੰ। ਰੇਲ ਗੱਡੀ ਅੜ ਗਈ ਸੀ, ਲੋੜ ਪੈ ਗਈ, ਉਹ ਕਹਿੰਦੇ ਵੀ ਕੀ ਕਰੀਏ, ਹੋਰ ਤਾਂ ਕੁਛ ਮਿਲਿਆ ਨੀ ਕਿਉਂਕਿ ਟੋਚਨ ਟਾਚ ਨੂੰ ਹੈ ਨੀ। ਉਹ ਕਹਿੰਦੇ ਸ਼ੇਰਾਂ ਲਿਆਓ ਮੁੱਛਾ ਨਾ ਮੰਨ ਕੇ ਖਿੱਚੀ ਰੇਲ ਗੱਡੀ ਨੇ। ਮੁੱਛਾਂ ਯਾਰ ਇੱਡੀਆਂ ਹੋ ਗਈਆਂ ਇਹਦੀਆਂ, ਮੁਬਾਰਕਾਂ ਭਰਾ, ਬਹੁਤ ਬਹੁਤ। ਇਹਦੀ ਪਾਰਟੀ ਆਪਾਂ ਵੱਖਰੀ ਲੈਣੀ ਆ,
देखो आप बड़ा नंबर ले गया नंबर ले गए पर एक मेनू होर नी पता शेरा वरनी चित्रा दे डिया पता नी किन्ने पसंद शेर गलो कराटा भी चित्रा दे माता जी आज चित्रा जी मारता दोनों बस गल हां जी मैं कही ना ब्रूस ली चकना तो दी बड़ी पट तो मैं जान के क्या बुढ़ी खड़ी सी हूं तो मजा कड़ा चढ़ाया कहता आ कितों लियांदी नीटू शटर कापी भरी भी है गप्पा ही गप्पा ही मारदा शेरे शेरे शीशा चढ़ाला भरावा इन पिंड वाली हाथ थोड़ी जल्दी हम हाथ भी बाहर कड़ा मुंह भी बाहर कड़ा ट्रक बजा होना अगला खो शीस ला के हो मारे मेरा जिदा लड़ाकू जागदा नहीं पता लगा ट्रक यार वीर ज्यादा देख मेरी गल सुनो एक मेरी दो गल नहीं करनी ज्यादा गल करो एक बंदा चार जने ने मेरे ना कोई बकवास नहीं करनी एक कला कला जो जो बीमर लाकी जो अभी बीमर लैन गए उठे भी साडे कोल घट गए पैसे करना फिर इन्हें अंकल जा ही जेड़ा ओनु बुगियां दित्तियां 18 मूरे अंकल जी ओना 18 मिठियां दित्तियां फिर इहदा हिसाब बराबर कीता ओना मेरी गल नहीं मानदा तुसीं मेरे चल बुगियां ते भी नहीं मानदा भाऊ इह तां ओहदे कछे नूं चिंबड़ गया ही कहिंदा पसंद आ गया जी अंकल तुहाडा तनीजे पाया वाही होर ओह कहिंदे भरावा जी बंद हो जा करे कहिंदा जदों मैं बैठा उदों खिड़िया करे फुल चित्तड़ा दे होना चाहिदा मैं तां वेख्या ही भरावा प्यार नंगा ही जदों नाले पता ही है जानता हूँ देखा नू दस मेरा तो मार दे बेरा बेरा पहला गप सुना जटा सुना चल सुना गप जिन्हू चेता की पहला सुना तेरे थार दी ब्रेक फेल हुई बारी खोल के पैर लाया स्टैंड लिया थार बेचते नहीं आप लेनी बीमर ओ करनी
ਪਹਿਲਾਂ ਉੱਚਾ ਸੀ 6 ਫੁੱਟ ਤੋਂ ਇਹਦਾ ਹੁਣ ਛੋਟਾ ਰਹਿ ਗਿਆ ਆਖਿਆ ਕਿਸੇ ਨੇ ਕਹਿੰਦਾ ਬੀਮਰ ਵੇਚਦੇ 3 ਫੁੱਟ ਦਾ ਹੀ ਰਹੇਗਾ ਇੱਥੇ ਮੁੜ ਕੇ ਲੈਦਰ ਪਹਿਲਾਂ ਪਹਿਲਾਂ ਲੰਡੀ ਜੀ ਹੁੰਦੀ ਛੋਟਾ ਮੈਨੂੰ ਕਹਿੰਦਾ ਮੈਂ ਜਾ ਕੇ ਆਉਂਦਾ ਕਹਿੰਦਾ ਇਧਰੋਂ ਆਵੇ ਭੈਣ ਮੈਂ ਉਧਰੋਂ ਆਉਂਦਾ ਹੋਇਆ 3-4 ਫੁੱਟ ਵਧਿਆ ਫਿਰ ਮੈਂ ਪਤਾ ਨੀ ਕੀ ਹਾਈ ਹੀਲ ਪਾਈ ਆਵੇ ਭੈਣ ਨਾ ਘਰੋਂ ਲੰਡੀ ਵੀ ਰੱਖੀ ਸਾਰੇ ਬੋਲ ਬੋਲ ਉਹਦਾ ਪਤਾ ਹੀ ਆ ਬਾਈ ਆ ਦੇਖ ਲੋ ਲੱਗੇ ਆ ਕੀ ਲੱਗੇ ਬਾਲ ਵਿਗ ਲੱਗੀ ਜਮਾਂ ਲੱਗੀ ਆ ਝੜ ਗਏ ਹੁਣ ਲੋਕਾਂ ਦੇ ਬਥੇਰੇ ਲੋਕ ਗੰਜੇ ਹੋਏ ਫਿਰਦੇ ਆ ਭਾਂਜੋ ਇੱਧਰ ਤਾਂ ਫੇਰ ਲੋਕਾਂ ਉਹ ਇਹਨੇ ਉਹ ਫਿਰ ਗੇਸ਼ਰ ਦੀ ਗੱਲ ਸੁਣੀ ਅਸੀਂ ਵੀ ਸੂਈਆਂ ਮਰਾਉਣੀਆਂ ਸਿਰ ਚ ਜੇ ਲੰਡੀ ਜੀਬ ਲਈ ਉਹ ਤੇ ਚਲਾਉਂਦਾ ਨਾ ਤੂੰ ਬਾਲ ਉੱਡ ਗਏ ਫਿਰ ਉੱਡ ਗਏ ਕੀ ਤੈਨੂੰ ਕੇਰਾਂ ਦੀ ਗੱਲ ਦੱਸਦਾ ਸ਼ੇਰੇ ਦੇ ਦੰਦ ਦੂਜੇ ਲਵਾਏ ਹੋਏ ਨਾ ਕਿਹੜੇ ਆਹ ਡੁਪਲੀਕੇਟ ਜੇ ਇਹ ਦੰਦ ਡੁਪਲੀਕੇਟ ਹਾਂ ਜਦੋਂ ਇਹਨੇ ਬੀਮਰ ਦਾ ਪਾ ਕੇ ਗੇਅਰ ਚੌਥਾ ਗੇੜਾ ਦਿੱਤਾ ਕਹਿੰਦਾ ਦੰਦ ਹੈ ਹੀ ਨਹੀਂ ਸੀ ਮੂੰਹ ਚੋਂ ਤੋਂ ਬਾਅਦ ਪਤਾ ਲੱਗਾ ਬੁੱਟ ਰਹਿ ਗਏ ਕੱਲੇ ਭਾਜ ਦੁਬਾਰੇ ਲਵਾਇਆ ਭਰਾਵਾ ਬੀਮਰ ਦੀ ਛੱਤ ਨਹੀਂ ਨਾ ਕੀ ਉਹ ਦੰਦ ਮਾ ਮੂੰਹ ਬਾਹਰ ਕੱਢ ਕੇ ਦੰਦ ਨਾ ਐ ਕਰਕੇ ਇਹ ਯਾਰ ਬਾਹਰ ਦੇਖਦਾ ਸੀ ਕਿਤੇ ਐ ਕਰਨ ਲੱਗੇ ਦੰਦ ਹੀ ਨਹੀਂ ਰਹੇ ਮੂੰਹ ਚ ਆ ਜਾ ਥੱਲੇ ਆ ਗਿਆ ਫਿਰ ਮੈਦਾਨ ਚ ਨਹੀਂ ਥੱਲੇ ਨਹੀਂ ਗੱਡੀ ਚੱਲੂਗਾ ਇੱਥੇ ਹੀ ਚੱਲਣਾ ਹੈ ਇੱਥੇ ਚੱਲੂਗਾ ਉਹ ਬਾਹਰ ਸੋਨ ਨੂੰ ਕੀ ਕਰਾਂਗੇ ਕੀ ਟੈਰ ਨਾ ਕਰਾ ਦਿੰਦੇ ਆ ਦੱਸੋ ਫਿਰ ਕਿਹਦੀ ਵਾਰੀ ਹੁਣ ਸ਼ੇਰੇ ਦੇ ਕੱਛੇ ਦੇ ਨਾਲਾ ਪਤਾ ਕਿੱਡਾ ਹੁੰਦਾ ਹੈ ਕਿੱਡਾ ਸਾਹ ਆ ਜਾਂਦਾ ਹੁੰਦਾ ਨਹੀਂ ਚਾਹੇ 12 ਮੱਝਾ ਮੰਨ ਲਾ ਐਡਾ ਨਾਲਾ ਪਾ ਕੇ ਪੈਂਦਾ ਹੈ ਰਾਤ ਨੂੰ ਅੱਛਾ ਚ ਹੋਰ ਚੱਲ ਸ਼ੇਰੇ ਤੇਰੀ ਵਾਰੀ ਸ਼ੇਰੇ ਦੱਸ ਸੁਣਾਉਣੇ ਯਾਰ ਉਹ ਚੋ ਹੁਣ ਮੈਂ ਫਿਰ ਜਾਦੀ ਤਗੜੀ ਸੁਣਾਉਣਾ ਤੇ ਬਸ ਕਰ ਦੇਣਾ ਬੋਰ ਨਹੀਂ ਕੀਤਾ ਉਸਤਾਦ ਜੀ ਜੇ ਗੱਪ ਘੱਟ ਆਉਂਦਾ ਜੀ ਬੋਰ ਕਰਤਾ ਪਤਾ ਨਹੀਂ ਇਹਦਾ ਕਿੱਥੇ ਬੋਰ ਕੀਤਾ ਭਰਾਵਾ ਰੋਜ਼ ਇੰਨੀਆਂ ਗੱਲਾਂ ਸੁਣਾਉਣਾ ਨਾ ਤੂੰ ਮੈਂ ਅੱਜ ਤਾਂ ਫੇਲ ਆ ਕੰਮ ਸੁਣਨ ਲੱਗੀ ਜੱਟਾ ਤੂੰ ਫੇਲ ਨਹੀਂ ਕੋਈ ਨਾ ਤੂੰ ਤੂੰ ਫੇਲ ਹੋਣ ਡਿਆ ਸ਼ੇਰਾ ਜਿੱਤਣ ਡਿਆ ਨਹੀਂ ਨਹੀਂ ਸ਼ੇਰਾ ਕਿੱਥੇ ਜਿੱਤਣ ਡਿਆ ਯਾਰ ਉਹ ਤਾਂ ਲੋਕਾਂ ਨੇ ਆਡੀਅੰਸ ਨੇ ਦੇਣਾ ਮੇਰੇ ਬਾਰੇ ਮੁਕਾਬਲਾ ਕਿੱਥੇ ਚੱਲਣਾ ਕਮੈਂਟ ਕਰ ਕਰ ਕੇ ਦੱਸ ਰਹੇ ਆ ਓਏ ਯਾ ਸ਼ੇਰੇ ਉਹ ਗੱਲ ਜ਼ਿਆਦਾ ਤੇਰੇ ਨਾ ਜ਼ਿਆਦੀ ਨਹੀਂ ਉਹ ਤਾਂ ਤੇਰੇ ਯਾਦ ਵੀ ਕਿੱਥੇ ਰਹੂ ਜਦੋਂ ਬੰਦੇ 4 ਸੀ ਮੂਹਰੇ ਹੈ ਹੁਣ ਕਿਉਂ ਪੁੱਛਦਾ ਕਿੱਥੇ ਸੱਤ ਸੀ ਮਜ਼ਾ ਆਉਣ ਡਿਆ ਵਾ ਹਜੇ ਤੇ ਗੱਪਾਂ 4-4 ਮਾਰੀਆਂ ਨੇ ਮੈਨੂੰ ਬੋਲਦਾ ਕਿਉਂ ਨੀ ਉਸਤਾਦ ਹੁਣ ਬੋਲ ਸ਼ੇਰੇ ਗੱਪ ਜੋੜੀ ਜਾਂਦਾ ਇਹ ਮਨ ਚ ਇਕਦਮ ਮੌਕੇ ਤੇ ਜੋੜਦਾ ਨੀ ਨਾ ਜਾਂ ਹਾਰ ਮੰਨ ਜਾਂ 2 ਮਿੰਟ ਬੰਦ ਕਰਾ ਲੈਣਾ ਖਾ ਕੇ ਦੋ ਮਿੰਟ ਸਾਜ ਹੀ ਕਰੋਗੇ ਨਾ ਮਾੜਾ ਜਿਹਾ ਫੇਰੇ ਤੂੰ ਮੁੜ ਕੇ ਖਾ ਕੇ ਕਹਿੰਦੇ ਵਲੌਗ ਨੀ ਮੈਂ ਬੰਦ ਕਰਨਾ ਮੈਂ ਉਦੋਂ ਨੀ ਕਿਹਾ ਕਿ ਜਿਹੜੀ ਚੀਜ਼ ਤੁਸੀਂ ਬੋਲਤੀ ਧਿਆਨ ਨਾਲ ਬੋਲਿਓ ਮੈਂ ਨੀ ਕੁਝ ਕੱਟਣਾ ਵਿੱਚੋਂ ਬੰਦਾ ਖੁੱਲ ਕੇ ਦਵਾਂ ਇਹ ਸਮਝਣ ਵਾਲੇ ਸਮਝ ਸਕਦੇ ਹੁਣ ਖੁੱਲ ਕੇ ਦੇਣੀ ਨਹੀਂ ਯਾਰ ਸ਼ਾਂਤ ਹੋ ਗਏ ਬੰਦੇ ਤੂੰ ਬੋਲ ਗਾ ਮੇਰਾ ਗੱਲ ਸੁਣਾ ਕੇ ਹਟਿਆ ਤੂੰ ਪਹਿਲਾਂ ਚੱਲ ਤੇਰੀ ਵਾਰੀ ਆ ਮੈਂ ਨੈਟ ਲੱਭਣੇ ਪਈ ਗੂਗਲ ਤੇ ਲੱਭਣ ਡਿਆ ਜੀ ਚੁਟਕਲੇ ਨਾ ਲੱਭਣ ਲੱਗ ਜੀ ਕਿਤੇ
मर गया शेरे सामने आ गए शेरे सामने तेरी बोलती बंद हो गई मुकाबले मैं पिछे खड़ा भैन ताड़ी से ताड़ी बजे मैं पता नहीं क्यों जो गाह जाके देखा शेरा बिना कच्चे तो कहता रेडा पाऊ नंगा मत जा मेरे ग्राउंड किलो कोई सैट कि लावे कोई कि लावे बेटा डंबल उत्ते कहता पुट्टे लाऊ आया करके और भरावा लेकिन शौक है चीज वड्डी करन दा कुड़िया नु ना कहता हिप वड्डी करनी आ दी काम हो गया ਉਹ ਸਾਰੀ ਚੇਤਾ ਬਾਜ ਆਇਆ ਤੇ ਵਿਗ ਲੱਗੀ ਹੱਥ ਚ ਲੱਗੀ ਤੇਰੇ ਨਾਲ ਵੀ ਹੁਣ ਲੱਗਾ ਸੀ ਕੰਮ ਕੱਲ ਫੜ ਲੈਂਦੇ ਨੇ ਜਦੋਂ ਉੱਤੇ ਇਹ ਵੀ ਗੁਰਬਾ ਇਹ ਵੀ ਪਤਾ ਨਹੀਂ ਕੀ ਦੱਸਣਾ ਗੱਲ ਕਹਿੰਦਾ ਮੈਂ ਪਤਾ ਨਹੀਂ ਫੰਕਸ਼ਨ ਕਰਨਾ ਇਦਾਂ ਇਹ ਫੰਕਸ਼ਨ ਕਰਨ ਲੱਗਾ ਤਾਂ ਉਹ ਵਿਗ ਹੱਸ ਆਈ ਕਿਸੇ ਦੀ ਸ਼ੇਰੇ ਕੋ ਇਹਨੂੰ ਚੇਤਾ ਆਇਆ ਬਾਜ ਕਿਤੇ ਵਿਗ ਲੱਗੀ ਤੇ ਫਿਰ ਹੱਥ ਛੱਡਿਆ ਤੂੰ ਫੇਰ ਕੀ ਬਣਿਆ ਫਿਰ ਕੰਨ ਫੜਿਆ ਨੇ ਫੇਰ ਇਹਨੇ ਕੁਝ ਹੋਰ ਫੜਿਆ ਹੱਥ ਚ ਕਿਸੇ ਦਾ ਕੰਨ ਕਿਸੇ ਦੇ ਚਾਹ ਦਾ ਕੱਪ ਫੜਿਆ ਭਰਾਵਾ ਗਲਤ ਨਾ ਸੋਚ ਲਿਓ ਚਾਹ ਦੇ ਕੱਪ ਦੀ ਗੱਲ ਕਰਨ ਰਹੇ ਆ ਪੰਜਾਬੀ ਭਾਸ਼ਾ ਦੇ ਕਦੇ ਡਬਲ ਮੀਨਿੰਗ ਜ਼ਿਆਦਾ ਕੱਢ ਲੈਂਦੇ ਨਾ ਆਪਾਂ ਕਦੀ ਵੀ ਗਲਤ ਗੱਲ ਨਹੀਂ ਕੀਤੀ ਓਕੇ ਕਹਿੰਦਾ ਘਰੇ ਮੱਖੀ ਲੈ ਆ ਸਾਰੇ ਪਾਸੇ ਆਸੇ ਕਹਿੰਦਾ ਫਿਰੇ ਕਹਿੰਦਾ ਵੀ ਹੁਣ ਦੇਖਿਆ ਕਰੂ ਇੱਥੇ ਜਿਹੜੇ ਜਿਹੜੇ ਪਿਆਸੇ ਆਸੇ ਫਿਰਦੇ ਆ ਕੀ ਲੈ ਕੇ ਗਿਆ ਮੱਖੀ ਮੱਖੀ ਅੱਛਾ ਕੀ ਦੇਖਿਆ ਕਰੂ ਆਸੇ ਪਾਸੇ ਮੱਖੀ ਨੇ ਦੇਖ ਪੂਆ ਦੱਸਿਆ ਕਹਿੰਦਾ ਵੀ ਦੇਖਣਾ ਜਿਹਨੇ ਦੇਖਣਾ ਹੁੰਦਾ ਦੇਖ ਲਿਆ ਕਰੋ ਜਿਵੇਂ ਆਪਾਂ ਕੋਈ ਜਾਨਵਰ ਲਿਆਉਣਾ ਹੋਰ ਲਿਆਉਣੇ ਆ ਅੱਛਾ ਇਹ ਮੱਖੀ ਲੈ ਆਇਆ ਭਰਾਵਾ ਉਹਨੂੰ ਕਿਆ ਕਰੇ ਕਹਿੰਦਾ ਸਿਕਸ ਪੈਕ ਬਣਾਈ ਜਾਂਦੀ ਆ ਅੰਦਰ ਕਹਿੰਦਾ ਡੱਬੇ ਚ ਰੱਖੀ ਦੀ ਇਹਦੀ ਅੱਛਾ ਦੱਸ ਸ਼ੇਰੇ ਉਹਦਾਂ ਦੀ ਗੱਲ ਦੱਸ ਲੱਗਾ ਇਹ ਚਲ ਗਿਆ ਪੱਟ ਦੇ ਮੋਰ ਨਹੀਂ ਬਣਾਉਣਾ ਹਾਂ ਤੇ ਉਹਨੇ ਕਿਤੇ ਸਾਈਜ਼ ਕੱਢਤਾ ਵੱਡਾ ਉਹਨੇ ਇੱਥੋਂ ਕੀਤੀ ਸ਼ੁਰੂ ਇੱਥੋਂ ਕੀਤੀ ਸ਼ੁਰੂ ਤੇ ਇਹਦੇ ਪਹੁੰਚ ਗਈ ਉੱਥੋਂ ਤੱਕ ਦੇ ਉੱਥੇ ਜਦੋਂ ਉਹਨੇ ਖੰਭ ਬਣਾਉਣਾ ਸੀ ਬਾਕੀ ਤਾਂ ਸਾਰੇ ਬਣ ਗਏ ਇੱਕ ਖੰਭ ਰਹਿ ਗਿਆ ਉਹ ਵੱਜ ਗਿਆ ਤੇ ਟਾਂਟ ਕਣ ਕਿਤੇ ਉਹ ਦੰਦਾ ਹੀ ਤੰਗ ਹੁੰਦਾ ਵਿਚਾਰੇ ਦੇ ਬਿੱਲੇ ਵੀ ਅੜੇ ਉਹ ਗੱਲ ਦੱਸ ਤੇ ਉਹ ਗੱਲ ਦੱਸ ਨਾ ਉਹ ਪੈਨ ਜਿਹਾ ਵੱਜ ਗਿਆ ਕਿਤੇ ਉੱਥੇ ਤੇ ਉਹ ਵੀ ਗੱਲ ਦੱਸ ਜਦੋਂ ਤੂੰ ਉੱਥੇ ਜਿੱਦਿਆ ਸੀਗਾ ਟੈਟੂ ਵਾਲੇ ਨਾਲ ਉਹ ਜਦੋਂ ਆਂਦਾ ਖੰਭ ਨਾ ਨਾ ਰੱਖੇ ਹੋਗੇ ਬਈ ਵੀ ਰੱਖੇ ਹੋਗੇ ਹਾਂ ਉਹ ਖੰਭ ਹੀ ਆਂਦਾ ਖੰਭ ਬਣਾਉਣਾ ਨਾ 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 ਖੰਭ ਨਹੀਂ ਖੰਭ ਨਹੀਂ ਆ ਕਿਹਨਾ ਉੱਥੇ ਮੈਂ ਗਿਆ ਭਰਾਵਾ ਅੰਦਰ ਜਦੋਂ ਮੈਂ ਗਿਆ ਉਹਨੂੰ ਚੰਬੜਿਆ ਬੈਠਾ ਦੰਦੀਆਂ ਵੱਢੀ ਜਾਵੇ ਉਹਦੇ ਮਾਂ ਗੱਲ ਟੈਟੂ ਵਾਲੇ ਨੂੰ ਉਹਦੇ ਨਾਲ ਮੈਂ ਜਿੱਦ ਬੈਂਸ ਰੋਡੀ ਕਾਹਦੇ ਪਿੱਛੇ ਹੋ ਗਈ ਉਹ ਕਹਿੰਦਾ ਵੀ ਮੈਂ ਬੋਂਦਾ ਇਹਦਾ ਟੈਟੂ ਉਹ ਕਹਿੰਦਾ ਵੀ ਇਹ ਕਹਿੰਦਾ ਵੀ ਕੋਈ ਬਿੱਲਾ ਮਾਰਨ ਵਾਲੀ ਮੋਰੀ ਅੱਛਾ ਬਿੱਲਾ ਮਾਰਨ ਵਾਲੀ ਮੋਰੀ ਠੀਕ ਜੀ ਉਹਦੇ ਪਿੱਛੇ ਬਹੁਤ ਜਿੱਦ ਆਏ ਉੱਥੇ ਕਹਿੰਦਾ ਵੀ ਗੱਲ ਫੜਨ ਦੇ ਟੈਟੂ ਵਾਲੀ ਹੁਣ ਆਪਣੀ ਕਰਤਾ ਭਰਾ ਕੋਈ ਤੂੰ ਆਪਣੀ ਨਵੀਂ ਤੂੰ ਮੋਰਨੀ ਬਣਾਈ ਤੂੰ ਬਣਾਈ ਭਰਾ ਮੋਰਨੀ ਮੈਂ ਤਾਂ ਕੁਝ ਹੋਰ ਬਣਵਾਇਆ ਤੇਰੇ ਨਾਲ ਰਹਿ ਜਿਹੜਾ ਤੂੰ ਫੇਲ ਹੋਣਾ ਸੋਹਣ ਲੱਗਿਆ ਤੇ ਹਾਂ ਗੱਪਾਂ ਮਾਰਨੀਆਂ ਤੇ ਕੁਝ ਤਵੇ ਤਵੇ ਲੱਗਣ ਡੇ ਆ ਗੱਪਾਂ ਦੀ ਕੋਈ ਮਾਰੀ ਨੀ ਚੱਜ ਦੀ ਅਜੇ ਗੱਪ ਸਿੱਟ ਗਿਆ ਪੈਰਾਸ਼ੂਟ ਬੰਦੇ ਨੇ ਉਦਾਂ ਛਾਲ ਮਾਰਤੀ ਬਾਈ ਥੱਲੋਂ ਲਾਇਆ ਇਹਨੂੰ ਚੁੱਕ ਕੇ ਖਿੱਚ ਖਿੱਚ ਕੇ ਹੁਣ ਤਾਂ ਬਾਈ ਨੇ ਮੋਬਾਈਲ ਵੀ ਇਹੋ ਜਿਹਾ ਲਿਆਂਦਾ
ਚਾਹੇ 8ਵੇਂ ਫਲੋਰ ਤੋਂ ਛੱਡ ਦੋ ਕਹਿੰਦੇ ਪੈਰਾਸ਼ੂਟ ਨਿਕਲਦਾ ਵਿੱਚੋਂ ਮੋਬਾਈਲ ਦੇ ਹਾਂ ਹੈ ਛੱਡਦਾ ਟੁੱਟਦਾ ਹੀ ਨਹੀਂ ਆ ਦੇਖ ਲੈ ਫੜਾ ਉਹ ਸਿੱਟ ਕੇ ਦਗਾ ਮੈਂ ਕਦੀ ਵੀ ਬੈਟਰੀ ਫੋਨ ਚਾਰਜ ਨਹੀਂ ਕੀਤਾ ਕਿਹਾ ਜੀ ਜਦੋਂ ਫੋਨ ਲੋਏ ਫੋਨ ਨਵਾਂ ਹੈ ਮੱਥੇ ਤੋਂ ਬਾਲ ਉੱਡ ਗਏ ਹੋਰ ਪਾਸੇ ਤੋਂ ਕਿਤੇ ਮਿਲੇ ਨੀ ਇਹਨਾਂ ਕਹਿੰਦਾ ਗਰਾਹ ਚੋਂ ਕੱਢ ਲੋ ਪਿੱਛੇ ਤੇਰੀ ਗਰਾਜ ਖਾਲੀ ਤੂੰ ਓਦਾਂ ਵਿਗਲ ਲਾਈ ਫਿਰਦਾ ਮੈਂ ਤਾਂ ਹੈ ਹੀ ਨੀ ਬਾਲ ਇੰਨੇ ਆਪਣੇ ਕੋਲੇ ਓਹਨਾ ਦੇ ਲੱਗਣੇ ਨੀ ਉਹ ਜਿੰਨੇ ਕਹਿੰਦੇ ਜਿੰਨੇ ਮੇਰੇ ਵਾਲੇ ਬਾਲ ਪੱਟ ਕੇ ਲਿਆ ਗਰਾਹ ਚ ਲਾਏ ਆ ਹੁਣ ਓਦਾਂ ਹੀ ਉੱਡ ਗਏ ਗਰਾਹ ਚ ਸੋਕਾ ਪੈ ਗਿਆ ਸੀ ਨਾ ਇਹਦੇ ਫਿਰ ਜਦੋਂ ਬਾਲ ਪੱਟ ਲਏ ਫਿਰ ਇਹਦੇ ਗਰਾਹ ਚ ਲਾਏ ਨਵੇਂ ਕੇਰਾ ਖਾਣੀ ਕਿੱਥੇ ਅੱਗ ਨੀ ਸੀ ਮੱਚਦੀ ਉੱਥੇ ਨਾ ਕੋਈ ਲੈਟਰ ਲੱਭੇ ਨਾ ਹੋਰ ਸ਼ੇਰੇ ਨੇ ਹੋ ਕੇ ਉਧਰ ਪੱਦ ਮਾਰਿਆ ਭੈਣ ਤੂੰ ਅੱਗ ਦੀ ਅੱਗ ਕਰਕੇ ਚੰਗਾ ਜੀ ਲੱਗਾ ਮਸ਼ੇਰੇ ਨਾਲ ਫਿਰ ਆਈ ਮਾਰਦਾ ਇਹਦਾ ਚਾਰ ਸ਼ੀਸ਼ੀਆ ਲੈ ਕੇ ਵੜਦਾ ਪੈਂਦਾ ਮੁੜ ਕੇ ਕੋ ਲਿਆਂਦਾ ਵਾ ਆਕਸੀਜਨ ਮਾਰ ਕੇ ਤੈਨੂੰ ਪਤਾ ਕਈ ਲੋਕੀ ਇਸ ਚੀਜ਼ ਨੂੰ ਕਮੈਂਟ ਕੀ ਕਰ ਦੇਣਗੇ ਅਸੀਂ ਵੀਰ ਜੀ ਤੁਸੀਂ ਆ ਗੱਲਾਂ ਨਾ ਕਰਿਆ ਕਰੋ ਪਦ ਕਿਉਂ ਨਾ ਕਰਿਆ ਕਰੀਏ ਵੱਡੀਆਂ ਵੱਡੀਆਂ ਐਕਟਰਨੀਆਂ ਜਾਂਦੀਆਂ ਕੰਮ ਤੇ ਮੇਰਾ ਗੋਡਾ ਨਾ ਮੋਢਾ ਤੁਸੀਂ ਐ ਦੇਖੋ ਵੀ ਉੱਥੇ ਕੁਛ ਨੀ ਆਪਣਾ ਲੱਗਦਾ ਗੋਡਾ ਇੱਥੇ ਆ ਕੇ ਲੱਗੂਗਾ ਆਪਣਾ ਗੋਡਾ ਆ ਵੀ ਮਾਰੀ ਜਾਂਦਾ ਪਿੱਛੋਂ ਪੈਰ ਆਇਆ ਸਿੱਧੇ ਕਰ ਕਰ ਨੋ ਆਪਣਾ ਗਿੱਲਾ ਕੱਪੜਾ ਮੰਗਾਓ ਪੈਰਸ ਬਈ ਕੇਰਾਂ ਸ਼ੇਰੇ ਨੇ ਜਿਹੜੇ ਕਰ ਲਏ ਸੀ ਪਿਛਲੇ ਆਪਦੀ ਹਿੱਪ ਜਦੋਂ ਇਹਦਾ ਕਈ ਵਾਰ ਕੁੜਤੇ ਪਿਆ ਮੇਰਾ ਮੇਚਾ ਲੈਂਦੀ ਰਿਕਸ਼ਾ ਕਰਾਉਂਦੀ ਸੀ ਐਂਜੀ ਟੇਪ ਇਹਦੇ ਚਿੱਤੜਾ ਨਾਲ ਆ ਕੇ ਉੱਧਰ ਭੁੱਕ ਕੇ ਆ ਜਾਂਦੀ ਦੁਬਾਰੇ ਦਸ ਵਜੇ ਜਦੋਂ 8 ਗੇੜੇ ਦੇ ਕੇ ਤੇਰਾ ਮੇਚਾ ਲਿਆ ਸੀ ਬੜਾ ਚਾਹਿਆ ਸਹੀ ਰਾਹ ਸੁੱਤਾ ਨੀ ਤੇ ਸਵੇਰੇ ਇਹਦੇ ਘਰਦੇ ਨੇ 30,000 ਦੀ ਜੀਪ ਲਿਆ ਦੀ ਉੱਥੇ ਉਹ ਵੀ ਗੇਟ ਤੇ ਚੜਾਉਣ ਲੱਗਾ ਟਾਇਰ ਲਾ ਤੇ ਜੀਪ ਮੰਮਾ ਦੂਜੀ ਕਹਿੰਦਾ ਛਾਤ ਵਾਲੀ ਲੈ ਲੰਡੀ ਚਾਹ ਹੀ ਹੁੰਦਾ ਕਿਤੇ ਨੋਇਆ ਗੱਡੀ ਤੇਲ ਘਟੀ ਆਪਣੀ ਉਹਦੇ ਤੇਰੇ ਸਾਹਮਣੇ ਮੈਂ ਕਾਲ ਕੀਤੀ ਉਹਨਾਂ ਚਲਦੀ ਚਲਦੀ ਗੱਡੀ ਤੇਲ ਪਾ ਦਾ ਉਹਨਾਂ ਨੇ ਰੋਟੀ ਕੋਠੇ ਦੇ ਬਹਿ ਕੇ ਖਾਇਆ ਕਰੂ ਉਹ ਤਾਂ ਕਿਤੇ ਮਾੜਾ ਜਹਾਜ ਜਾਂਦਾ ਹੋਊਗਾ ਉਹਦਾ ਬਿੱਲੇ ਵਾਲਾ ਪੁਆਇੰਟ ਖੁੱਲਾ ਸੀਗਾ ਇਹਨੇ ਪਲੇਟ ਧਰੀ ਤਾਂ ਹੱਥ ਵਾਇਆ ਬਿੱਲਾ ਸਿੱਧਾ ਪਲੇਟ ਚ ਡਿੱਗਿਆ ਆ ਕੇ ਜੱਟਾਂ ਦਾ ਮੈਂ ਗੱਪ ਸੁਣਾ ਤੂੰ ਜਿੱਦਣ ਬਹਿ ਜਾਂਦਾ ਇੱਕ ਦੂਜੇ ਮੈਂ ਗੱਪ ਸੁਣਾ ਦਿੰਦਾ ਉਹਦੀ ਮੈਂ ਕਿਹਾ ਤੂੰ ਕਹਿ ਜਿੱਦ ਕੀਤੀ ਮੈਂ ਖਾਣਾ ਤਾਹਾ ਤੋਂ ਚੀਕਾਂ ਮਾਰੇ ਕਹਿੰਦਾ ਇੱਥੇ ਤਾਂ ਮਰਡਰ ਹੋ ਗਿਆ ਆਓ ਬਾਅਦ ਚ ਪਤਾ ਲੱਗੀ ਲਾਜ ਬਿੱਲੇ ਦੀ ਆ ਗੱਪ ਲੈ ਕੇ ਆਊਗਾ 10 ਕਿਲੋ ਪਿੰਡੋ ਬਾਕੀ ਵੇਹਲੇ ਆ ਨਾ ਤੂੰ ਜੇ ਜਿੱਤ ਗਿਆ ਫਿਰ ਤੈਨੂੰ ਲਿਆਉਣ ਦੀ ਲੋੜ ਨੀ ਫਿਰ ਸ਼ੇਰਾ ਲੈ ਕੇ ਆਊਗਾ
ਬਾਈ ਗੱਲ ਸੁਣ ਲਓ, ਜਿੰਨੇ ਬੰਦੇ ਵੇਖਦੇ ਸ਼ਰਤ ਆ 5-5 ਹਜ਼ਾਰ ਲੈਣਾ ਸੀ ਇਧਰੋਂ, ਤੇ ਐਵੇਂ ਨਾ ਝੂਠੀ ਫੈਸਲਾ ਕਰਿਓ, ਸੱਚੀ ਸੱਚੀ ਕਰਿਓ। ਹਾਂ ਵੋਟਿੰਗ ਹੋਣੀ ਚਾਹੀਦੀ ਆ ਪ੍ਰੋਪਰ, ਹਜੇ ਗੱਲ ਕਰ ਥੋੜੇ ਜੇ ਪਰਫਾਰਮੈਂਸ ਨੀ ਹੈਗਾ ਮੈਂ ਤੇ ਕੱਢਦਾ ਅੱਗ ਖੜ ਜਾ, ਚਾਹ ਹੀ ਪੀ ਲੈਣ ਦੋ। ਗੁਲਾਬੀ ਕੱਛੀ ਚੱਕਲੀ, ਕੱਛੀ ਪਾ ਕੇ ਨੱਚਿਆ ਉੱਤੇ, ਕਹਿੰਦਾ ਲੈ ਮੈਂ ਤਾਂ ਆਹ ਘਰੇ ਭੁੱਲਿਆ ਆਇਆ ਸੀ, ਮੈਨੂੰ ਕੀ ਪਤਾ ਇਹਨੇ ਉਹ ਦੇਖਿਆ ਕਿਤੇ ਆਏ ਨੀ ਫੁੱਲ ਜੇ ਘਾਉਂਦੀਆਂ ਹੁੰਦੀਆਂ ਪੋਲ ਤੋਂ ਲਾਇਆ ਫੜ ਕੇ ਕਿਹੜੇ ਤੋਂ ਬਸ ਯਾਰ ਬੰਦੇ ਥੱਕ ਗਏ ਸਾਡੇ, ਤੁਹਾਨੂੰ ਇਹਦੇ ਵਿੱਚ ਹੀ ਤੁਹਾਨੂੰ ਫੈਸਲਾ ਕਰਨਾ ਪੈਣਾ ਕਿ ਕਿਹੜਾ ਬੰਦਾ ਜੇਤੂ ਕਰਾਰ ਤੁਸੀਂ ਦੇਣਾ ਇਹਦੇ ਵਿੱਚ, ਠੀਕ ਹੈ। ਬਾਕੀ ਬਾਕੀ ਕੰਮ ਧਿਆਨ ਨਾਲ ਸੁਣਿਓ ਵੀ ਕਿਹੜਾ ਕੱਪ ਤੁਹਾਨੂੰ ਲੱਗਿਆ ਅਸਲੀ ਤੇ ਕਿਹੜੇ ਚ ਜਦ ਬਹਿਸ ਹੋਈ ਆ, ਕਮੈਂਟ ਕਰਕੇ ਦੱਸਿਓ ਦੋਵਾਂ ਪ੍ਰਤੀ। ਓਕੇ ਲਵ ਯੂ ਮਿੱਤਰੋ, ਅੱਜ ਸ਼ਾਮਾਂ ਨੂੰ ਪਾ ਦਿੰਦੇ ਆ, ਦੱਸਿਓ ਕਮੈਂਟ ਕਰਕੇ।